ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਸਾਰੇ? ਪਹਿਲੇ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ। ਅਤੇ ਅੱਜ ਮੈਂ ਵਲੋਗ ਇਸ ਲਈ ਬਣਾ ਰਿਹਾ ਕਿਉਂਕਿ ਅੱਜ ਮੈਂ ਕੀਰਤਨ ਕਰਨ ਚੱਲਿਆ ਗੁਰਦੁਆਰਾ ਸਾਹਿਬ ਗੁਰਨਾਮੇ ਵਿਖੇ। ਅਤੇ ਮੈਂ ਕਿਹਾ ਉੱਧਰ ਜਾ ਰਿਹਾ, ਮੇਰੇ ਵਾਰੀ ਪਹਿਲਾਂ ਹੈ ਅਤੇ ਮੇਰਾ ਫਸਟ ਚਾਂਸ ਹੈ ਕਿ ਇੱਕ ਬਾਹਰ ਡਿਸਟ੍ਰਿਕਟ ਵਿੱਚ ਜਾ ਕੇ ਕੀਰਤਨ ਕਰਨ ਦਾ। ਅਤੇ ਮੈਂ ਕਿਹਾ ਉਹਦਾ ਵਲੋਗ ਇੱਕ ਬਣਾ ਲਈਏ ਜ਼ਰੂਰ। ਅਤੇ ਹੋਪ ਕਰਦੇ ਹਾਂ ਆਪ ਜੀ ਨੂੰ ਪਸੰਦ ਆਊਗਾ, ਕਿਉਂਕਿ ਅਸੀਂ ਕੋਈ ਮੈਨੂੰ ਆਉਂਦਾ ਨਹੀਂ ਵਲੋਗ ਬਣਾਉਣਾ, ਪਰ ਲੇਕਿਨ ਕੋਸ਼ਿਸ਼ ਕਰ ਰਹੇ ਹਾਂ, ਐਸੀ ਗੱਲ ਨਹੀਂ। ਅਤੇ ਹੁਣ ਜ਼ਿਆਦਾ ਐਕਚੁਅਲੀ ਜ਼ਿਆਦਾ ਬੋਲਾਂਗੇ ਤਾਂ ਵਲੋਗ ਲੰਬਾ ਹੋ ਜਾਏਗਾ। ਅਸੀਂ ਸਿਰਫ ਹੈ ਕਿ ਅਸੀਂ ਇੱਥੋਂ ਜਾਵਾਂਗੇ ਪਹਿਲੇ ਸ਼੍ਰੀਨਗਰ, ਸ਼੍ਰੀਨਗਰ ਤੋਂ ਆਪਣੇ ਸਾਥੀਆਂ ਨਾਲ ਅਸੀਂ ਫਿਰ ਬਣਾਵੇਂ ਗੁਰਦੁਆਰੇ ਵੱਲ ਜਾਵਾਂਗੇ। ਅਤੇ ਉੱਥੇ ਅੱਜ ਵਿਸਾਖੀ ਦਾ ਕੀਰਤਨ ਹੈ। ਅਤੇ ਆਪ ਜੀ ਸਾਰਿਆਂ ਨੇ ਇੱਕ ਵਾਰੀ ਫਿਰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ। ਅਤੇ ਹੁਣ ਅਸੀਂ ਤਿਆਰ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਿੱਥੇ ਕਿੱਥੇ ਪਹੁੰਚੇ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ, ਉਹ ਕੀਰਤਨ ਲੱਗਿਆ ਹੋਇਆ, ਅਤੇ ਅਸੀਂ ਹੁਣ ਪੱਗ ਬੰਨਣ ਜਾ ਰਹੇ। ਆਪ ਜੀ ਨੂੰ ਆਵਾਜ਼ ਆ ਰਹੀ ਹੋਈ ਜੀ, ਅਤੇ ਪੱਗ ਪਹਿਲੇ ਪੂਰੀ ਕਰ ਲਈ, ਮੈਂ ਜੇ ਪੂਰੀ ਕੀਤੀ ਨਹੀਂ ਹੈ ਤਾਂ ਮੈਂ ਪਹਿਲਾਂ ਪੂਰੀ ਕਰ ਲਵਾਂ, ਉਸ ਤੋਂ ਬਾਅਦ ਅਸੀਂ ਫਿਰ ਪੱਗ ਬੰਨਾਂਗੇ। ਪਿਆਰੇ, ਹੁਣ ਆਪਾਂ ਰੈਡੀ ਹੋ ਗਏ ਹਾਂ, ਅਤੇ ਦੇਖ ਸਕਦੇ ਹੋ ਚਿੱਟਾ ਕੁੜਤਾ ਪਜਾਮਾ ਅਤੇ ਨਾਲ ਸ੍ਰੀ ਸਾਹਿਬ, ਅਤੇ ਨਾਲ ਆਪਾਂ ਇਹ ਨੀਲਾ ਰੱਖਿਆ ਹੋਇਆ, ਨੀਲਾ ਸਰੂਪਾ, ਨੀਲਾ ਤਾਂ ਰੱਖਣਾ ਜ਼ਰੂਰੀ ਹੈ। ਅਤੇ ਹੁਣ ਅਸੀਂ ਚੱਲਦੇ ਹਾਂ ਸਿੱਧਾ, ਅਸੀਂ ਗੱਡੀ 'ਚ ਚੱਲਦੇ ਹਾਂ ਸ਼੍ਰੀਨਗਰ, ਅਤੇ ਸ਼੍ਰੀਨਗਰ ਆਪਣੇ ਸਾਥੀਆਂ ਨਾਲ, ਅਤੇ ਫਿਰ ਅਸੀਂ ਉਹਦੀ ਅਪਡੇਟ ਆਪਾਂ ਜੀ ਨੂੰ ਕਰਾਂਗੇ। ਅਤੇ ਕੀ ਪਤਾ ਮੈਂ ਵੀਡੀਓ ਅਪਲੋਡ ਕਰਾਂ ਕਿ ਨਹੀਂ ਕਰਾਂ, ਜੇ ਕਿਤੇ ਮੈਂ ਕਰਤੀ ਤਾਂ ਆਪ ਜੀ ਸਾਰੇ ਇਹ ਸਪੋਰਟ ਜ਼ਰੂਰ ਕਰਿਓ ਜੀ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ, ਅਸੀਂ ਪਹੁੰਚੇ ਹਾਂ, ਜਾ ਰਹੇ ਸਾਂ, ਅਤੇ ਐਕਚੁਅਲੀ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਮੁਹੱਲੇ ਦੇ ਗੁਰਦੁਆਰੇ, ਜਿਹੜਾ ਸਿੰਘਪੁਰੇ ਦਾ ਆਪਣਾ ਸਿੰਘ ਸਭਾ ਗੁਰਦੁਆਰਾ, ਉੱਥੇ ਅਤੇ ਅਸੀਂ ਉੱਥੇ ਚੱਲੇ ਹਾਂ। ਮੈਂ ਕਿਹਾ ਆਪ ਜੀ ਨੂੰ ਦਰਸ਼ਨ ਕਰਾ ਦਈਏ, ਅਤੇ ਰਸਤੇ ਵੀ ਸਾਨੂੰ ਕਲੰਪੁਰਾ ਸਾਹਿਬ ਹੀ ਆਏਗਾ, ਆਪ ਜੀ ਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ। ਉਹ ਚਰਨ ਛੋਹ ਪ੍ਰਾਪਤ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਅਤੇ ਅਸੀਂ ਪਹਿਲੇ ਇੱਥੇ ਦਰਸ਼ਨ ਕਰ ਲਈਏ, ਫਿਰ ਅਸੀਂ ਇੱਥੇ ਨੂੰ ਚਾਲੇ ਪਾਵਾਂਗੇ ਜੀ। ਜਾਂ ਨਾਨਕ ਕਿਸੇ ਹਾਰਨੇ ਜੋ ਸੰਗੁ ਲਾਗੇ ਪਾਏ, ਨਾ ਤਗੇ ਸੀ ਪੂਰੇ ਬਿਨ ਨਾਮ ਜਪ ਜਾਏ, ਨਾਨਕ ਨਾਮੇ ਸੁਖ ਨਹੀਂ ਆਏਗੇ ਕੁਟਾਇ, ਜਿੰਦਾ ਤਾਪ ਰਹਿ ਗਏ ਤਮ ਕਿਆ ਆਨੰਦ ਗੁਰ। ਇਹ ਅਸੀਂ ਹੁਣ ਕਲੰਪੁਰਾ ਸਾਹਿਬ ਵਿਖੇ ਜਾ ਰਹੇ ਹਾਂ, ਅਤੇ ਅਸੀਂ ਉੱਥੋਂ ਸਿੰਘ ਸਭਾ ਦੇ ਗੁਰਦੁਆਰੇ ਤੋਂ ਮੱਥਾ ਟੇਕ ਕੇ, ਹੁਣ ਇੱਥੇ ਮੱਥਾ ਟੇਕ ਕੇ ਫਿਰ ਅਸੀਂ ਚੱਲੇ ਪਾਵਾਂਗੇ। ਇਹ ਜਿਹੜਾ ਕਲੰਪੁਰਾ ਸਾਹਿਬ ਗੁਰਦੁਆਰਾ ਹੈ, ਇਹਦਾ ਜੇ ਇਤਿਹਾਸ ਸ਼ੋਰਟ ਵੀ ਸੁਣਾਈਏ, ਇੱਥੇ ਚਰਨ ਛੋਹ ਪ੍ਰਾਪਤ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਅਤੇ ਵਾਹਿਗੁਰੂ ਜੀ ਕੀ ਫਤਿਹ। ਇੱਥੇ ਕੋ ਸਾਰੇ ਮਿਲਦੇ ਪਏ ਨੇ, ਅਤੇ ਇੱਥੇ ਅਜੇ ਪਾਠ ਚੱਲ ਰਿਹਾ, ਇੱਥੇ ਕੱਲ੍ਹ ਨੂੰ ਹੈ ਦੀਵਾਨ ਹੋਏਗਾ, ਇੱਥੇ ਕੱਲ੍ਹ ਨੂੰ ਇੱਥੇ ਬਹੁਤ ਵੱਡਾ ਦੀਵਾਨ ਹੁੰਦਾ, ਅਤੇ ਆਓ ਇੱਥੇ ਮੱਥਾ ਟੇਕਾਈਏ। ਸਤਸੰਗ ਜੀ, ਅਸੀਂ ਜ਼ਿਆਦਾ ਅੰਦਰ ਤੱਕ ਦਰਸ਼ਨ ਨਹੀਂ ਕਰ ਸਕੀ ਕਿਉਂਕਿ ਭਾਈ ਸਾਹਿਬ ਜੀ ਨੇ ਅਰਦਾਸ ਕਰਨੀ ਸੀ, ਅਤੇ ਅਸੀਂ ਥੋੜ੍ਹਾ ਲੇਟ ਹੋ ਗਏ ਸਾਂ, ਅਤੇ ਆਸ ਕਰਦੇ ਆਪ ਜੀ ਕੱਲ੍ਹ ਜ਼ਰੂਰ ਦਰਸ਼ਨ ਕਰਾਵਾਂਗੇ ਕੱਲ੍ਹ, ਕਿਉਂਕਿ ਇੱਥੇ ਬਹੁਤ ਵੱਡਾ ਮੇਲਾ ਹੈ, ਅਤੇ ਕੱਲ੍ਹ ਜ਼ਰੂਰ ਦਰਸ਼ਨ ਕਰਾਵਾਂਗੇ ਜੀ। ਅਤੇ ਹੁਣ ਚੱਲਦੇ ਹਾਂ ਆਪਾਂ ਸ਼੍ਰੀਨਗਰ ਵੱਲ, ਅਤੇ ਰਸਤੇ ਵਿੱਚ ਦੇਖਾਂਗੇ ਕੁਛ ਹੋਈ ਦੇਖਣ ਵਾਲੀ ਚੀਜ਼, ਤਾਂ ਆਪ ਜੀ ਨੂੰ ਜ਼ਰੂਰ ਦੱਸਾਂਗੇ। ਬਾਬਾ ਜੀ, ਇੱਕ ਨਾ ਸਾਨੂੰ ਖਤਰੋਂ ਕੇ ਖਿਲਾੜੀ ਨਜ਼ਰ ਆਇਆ ਸੀ, ਮੈਂ ਕਿਹਾ ਤੁਹਾਨੂੰ ਦਿਖਾ ਦਈਏ, ਇਹ ਖਤਰੋਂ ਕੇ ਖਿਲਾੜੀ, ਇਹ ਬਹੁਤ ਵੱਡੇ ਖਤਰੋਂ ਕੇ ਖਿਲਾੜੀ ਨੇ, ਦੇਖੋ ਦੇਖਿਆ ਕਿੰਨੇ ਵੱਡੇ ਖਤਰੋਂ ਕੇ ਖਿਲਾੜੀ। ਅਤੇ ਪਿਆਰਿਓ,
ਹੁਣ ਹੈ ਕਿ ਅਸੀਂ ਇੱਥੇ ਪਹੁੰਚ ਗਏ ਹਾਂ। ਹੁਣ ਇੱਥੇ ਸਾਜ਼ ਚੁੱਕ ਕੇ ਅਤੇ ਆਪ ਜੀ ਨੂੰ ਸਾਥੀਆਂ ਨਾਲ ਹੀ ਮਿਲਾਵਾਂਗੇ। ਸਾਜ਼ ਚੁੱਕ ਕੇ ਆਪਾਂ ਫਿਰ ਗੁਰਨਾਮੇ ਵੱਲ ਜਾਵਾਂਗੇ ਗੁਰਦੁਆਰਾ ਸਾਹਿਬ ਵਿਖੇ। ਨਹੀਂ ਨਹੀਂ ਇਹ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਸਿੰਘ ਸਾਹਿਬ ਨੇ ਤਬਲੇ 'ਤੇ ਜਿਹੜੇ ਨੇ ਅਤੇ ਅਸੀਂ ਹੁਣੇ ਚੱਲੇ ਹਾਂ, ਜਿਹੜੇ ਆਪਣੇ ਸਾਈਡ ਬਾਜੇ ਵਾਲੇ ਨੇ ਉਹਨਾਂ ਨੂੰ ਲੈਣਾ ਆ, ਉਹ ਰਸਤੇ ਵਿੱਚ ਵੇਟ ਕਰ ਰਹੇ ਨੇ। ਮੈਂ ਕਿਹਾ ਤੁਹਾਨੂੰ ਪਹਿਲੇ ਇਹਨਾਂ ਨਾਲ ਮਿਲਾ ਦਈਏ, ਬਹੁਤ ਹੀ ਪਿਆਰੇ ਸਿੰਘ ਨੇ ਅਤੇ ਚਲੋ ਹੁਣ ਰਸਤੇ 'ਚ ਉਹਨਾਂ ਨੂੰ ਮਿਲਦੇ ਹਾਂ। ਜ਼ਿਆਦਾ ਵੇਟ ਉਹਨਾਂ ਨੂੰ ਕਰਾਉਣਾ ਚੰਗਾ ਨਹੀਂ ਲੱਗਦਾ। ਕਹਿ ਰਹੇ ਹੋ ਫਿਰ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਇਹ ਸਾਡੇ ਸਾਈਡ ਬਾਜੇ ਮੈਨ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਚੱਲੇ ਹਾਂ, ਆਪ ਜੀ ਨੂੰ ਕਰਾਂਗੇ ਕੋਸ਼ਿਸ਼ ਕਿ ਜਿਹੜੇ ਆਪਾਂ ਕੀਰਤਨ ਕਰਾਂਗੇ ਉਹਦੀ ਥੋੜ੍ਹੀ ਬਹੁਤ ਵੀਡੀਓ, ਇੱਕ ਦੋ ਮਿੰਟ ਦੀ ਜਿਹੜੀ ਵੀਡੀਓ ਬਣ ਜਾਵੇ, ਅਤੇ ਜੇ ਬਣੀ ਤਾਂ ਆਪ ਜੀ ਨੂੰ ਜ਼ਰੂਰ ਇਹਦੇ 'ਤੇ ਐਡ ਕਰਾਂਗੇ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਸਕਦੇ ਹੋ ਗੁਰਦੁਆਰਾ ਬਣਾਉਣਾ, ਅਤੇ ਪਿਆਰੇ ਹੋ ਹੁਣ ਅਸੀਂ ਚੱਲ ਰਹੇ ਹਾਂ ਬਸ, ਅਤੇ ਸਿੰਘ ਸਾਹਿਬ ਹੋਰੀ ਲੰਗਰ ਛੱਕ ਕੇ ਆ ਰਹੇ ਨੇ ਅਤੇ ਮੈਂ ਗੱਡੀ 'ਚ ਬੈਠਾ, ਬੜੀ ਜੁੱਤੀ ਮੇਰੀ ਬੜੀ ਔਖਾ ਹੋ ਗਿਆ ਮੇਰਾ ਕੰਮ, ਜੁੱਤੀ ਨਾ ਪਿੱਛੇ ਛਾਲੇ 'ਚ ਪੈ ਗਈ ਨੇ, ਨਵੀਂ ਜੁੱਤੀ ਸੀ ਅਤੇ ਪੈ ਗਏ ਛਾਲੇ। ਚਲੋ ਥੋੜ੍ਹੀ ਜਿਹੀ ਲੰਗੜਾ ਕੇ ਚੱਲਾਂਗੇ ਫਿਰ। ਅਤੇ ਅੱਛਾ ਜੀ, ਮਿਲਦੇ ਹਾਂ ਫਿਰ, ਹੁਣ ਦੇਖਦੇ ਹਾਂ ਅਗਲਾ ਪੜਾਅ ਸਾਡਾ ਕੀ ਹੈ। ਅਗਰ ਨਾ ਹੋਇਆ ਤਾਂ ਵੈਸੇ ਇੱਥੇ ਹੀ ਅਸੀਂ ਵਲੋਗ ਜਿਹੜਾ ਇੱਥੇ ਹੀ ਖਤਮ ਕਰਾਂਗੇ। ਅਤੇ ਆਸ ਕਰਦੇ ਹਾਂ ਆਪ ਜੀ ਨੂੰ ਸਾਰੇ ਕੀਰਤਨ ਸਭ ਵਧੀਆ ਲੱਗਿਆ ਹੋਊਗਾ। ਗੁਰਦੁਆਰਾ ਸਾਹਿਬ ਬਹੁਤ ਵਧੀਆ ਨੇ, ਪਿੰਡ ਬੜਾ ਸੋਹਣਾ ਆ ਅਤੇ ਕਾਫੀ ਸ਼ਾਂਤਮਈ ਇਲਾਕਾ, ਬਹੁਤ ਵਧੀਆ ਇਲਾਕਾ ਹੈ ਅਤੇ ਬੜਾ ਪਸੰਦ ਆਇਆ ਇੱਥੇ ਕੀਰਤਨ ਕਰਨ ਦਾ, ਬੜਾ ਆਨੰਦ ਜਿਹਾ ਆਇਆ। ਅਤੇ ਹੋਈ ਆ ਭੁੱਲਾਂ ਚੁੱਕਾਂ ਦੀ ਖਿਮਾ, ਜੇ ਕੋਈ ਵੱਧ ਘੱਟ ਬੋਲ ਗਿਆ ਹਾਂ ਵਲੋਗ ਦੇ ਵਿੱਚ ਤਾਂ ਅਸੀਂ ਖਿਮਾ ਦੇ ਜਾ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਕ ਜਾਓ, ਇੱਕ ਚੀਜ਼ ਤਾਂ ਮੈਂ ਭੁੱਲ ਹੀ ਗਿਆ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ। ਜਿਹਨਾਂ ਨੂੰ ਪਸੰਦ ਆਇਆ ਹੋਏ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਜਿਹਨਾਂ ਨੂੰ ਨਾ ਆਇਆ ਹੋਏ ਉਹ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।